ਪਠਾਨਕੋਟ ਅਧੀਨ ਪੈਂਦੇ ਪਿੰਡ ਰਾਜਪੁਰਾ ਵਿੱਚ ਡਰਾਈਵਰ ਦੀ ਲਾਪਰਵਾਹੀ ਕਾਰਨ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾ ਚੱਕ ਵਿੱਚ ਸਥਿਤ ਸੈਂਟ ਮੇਰੀ ਸਕੂਲ ਦੀ ਬੱਸ ਪਲਟ ਗਈ। ਇਸ ਸੰਬੰਧੀ ਪਿੰਡ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਜਿਵੇਂ ਹੀ ਬੱਸ ਉਹਨਾਂ ਦੇ ਬੱਚਿਆਂ ਨੂੰ ਪਿੰਡ ਤੋਂ ਸੁਜਾਨਪੁਰ ਸਕੂਲ ਲੈ ਕੇ ਜਾਣ ਲੱਗੀ ਤਾਂ ਬੱਸ ਦੇ ਡਰਾਈਵਰ ਨੇ ਬੱਸ ਸਿਖਾਉਣ ਲਈ ਕੰਡਕਟਰ ਦੇ ਹਵਾਲੇ ਕਰ ਦਿੱਤੀ ਅਤੇ ਬੱਸ ਡਰਾਈਵਰ ਨੇ ਬੱਸ ਵਿੱਚ ਉੱਚੀ ਉੱਚੀ ਗਾਣੇ ਲਾ ਕੇ ਤੇਜ਼ ਰਫ਼ਤਾਰ ਨਾਲ ਬੱਸ ਨੂੰ ਦੌੜਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬੱਸ ਪਿੰਡ ਦੇ ਨਜ਼ਦੀਕ ਹੀ ਪਲਟ ਗਈ। ਖੁਸ਼ਕਿਸਮਤੀ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬੱਚਿਆਂ ਨੂੰ ਸੁਰੱਖਿਅਤ ਬੱਸ ਵਿੱਚੋਂ ਬਾਹਰ ਕੱਢ ਲਿਆ ਗਿਆ। ਜਦੋਂ ਉਕਤ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਥਾਣਾ ਕਾਵਾਂ ਦੇ ASI ਜਗਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਬੱਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਜੀ ਆਪਣਾ ਸਰ ਕੁਲਦੀਪ ਕੁਮਾਰ ਹੈ, ਮੈਂ ਪੰਜਾਬ ਤੋਂ ਹਾਂ। ਕੀ ਗੱਲਬਾਤ ਹੋਈ ਹੈ ਇੱਥੇ ਸਰ? ਪਤਾ ਨਹੀਂ ਹੈ ਨਾ, ਕਹਿੰਦੇ ਵੀ ਆਏ ਕੁੱਤਾ ਆ ਗਿਆ, ਕੁੱਤਾ ਕਾਤਾ ਕੋਈ ਨਹੀਂ ਆਇਆ। ਮੈਂ ਬਰੱਸ਼ ਕਰ ਰਿਹਾ ਸੀ ਅਤੇ ਗੱਡੀ ਨਾ ਇਹਨੂੰ ਕਨੈਕਟਰ ਨੂੰ ਫੜਾਈ ਦੀ, ਉਹ ਉੱਥੋਂ ਉੱਤਰਦੀ ਉੱਤਰਦੀ ਉੱਤਰ ਗਈ, ਇੱਥੇ ਡਿੱਗ ਗਈ ਅਤੇ ਮੈਂ ਆਪਾਂ ਦੌੜਦੇ ਆਏ ਹਾਂ ਅਤੇ ਮੋਟਰਸਾਈਕਲ ਬਾਹਰ ਹੀ ਅਚਾਨਕ ਹੀ ਅਤੇ ਮੋਟਰਸਾਈਕਲ ਤੋਂ ਨਿਆਣੇ ਕੱਢਿਆ ਬਾਹਰ। ਕੌਣ ਚਲਾ ਰਿਹਾ ਸੀ ਬੱਸ ਨੂੰ? ਇਹਨਾਂ ਦਾ ਕਨੈਕਟਰ ਹੀ। ਕੀ ਨਾਂ ਤੁਹਾਡਾ? ਹਰਜਿੰਦਰ ਕੁਮਾਰ ਜੀ। ਕੀ ਗੱਲਬਾਤ ਹੋਈ ਇੱਥੇ? ਭਾਅ ਜੀ ਉੱਥੇ ਪਾਣੀ ਲਾਣ ਗਏ ਆਪਾਂ, ਕੈਂਟੀ ਨੇ ਬਾਜ਼ ਮਾਰੀ ਉੱਥੇ ਸਰਦਾਰਾਂ ਨੇ ਅਤੇ ਦੌੜੇ, ਡਰ ਪੈ ਗਿਆ ਵੀ ਬੱਚੇ ਸਾਡੇ ਹੀ, ਅਤੇ ਬਹੁਤ ਪਿੰਡ ਵਾਲਿਆਂ ਨੂੰ ਬਾਜ਼ ਮਾਰੀ, ਸਾਰੇ ਦੌੜੇ ਜਨਾਨੀਆਂ ਬੱਚੇ ਸਾਰੇ, ਅਤੇ ਭਾਅ ਜੀ ਡਰ ਪੈ ਗਿਆ ਦਿਲ 'ਚ ਵੀ ਬੱਚਿਆਂ ਨੂੰ ਕੀ ਹੋ ਗਿਆ। ਅਤੇ ਕੌਣ ਚਲਾ ਰਿਹਾ ਬੱਸ ਨੂੰ? ਬੱਸ 'ਚ ਭਾਅ ਜੀ ਡਰਾਈਵਰ ਸੀ, ਕਹਿੰਦੇ ਕੁੱਤਾ ਗਿਆ, ਕਨੈਕਟਰ ਸੀ ਭਾਅ ਜੀ ਚਲਾਉਣ ਦਾ। ਪਠਾਨਕੋਟ ਤੋਂ ਕਵਲ ਰੰਧਾਵਾ ਦੀ ਰਿਪੋਰਟ।